ਹਰ ਜਗ੍ਹਾ ਤੇ ਅਸੀਂ ਰੋਜ਼ ਜਾਂਦੇ ਹਾਂ ਬਈ ਦੋ ਚਾਰ ਦੋ ਤਿੰਨ ਕੈਂਟ ਮਤਾ ਧਾਰਮਿਕ ਲੋਕ ਸੁਣ ਲੈਂਦੇ ਆ। ਉਹ ਤੋਂ ਬਾਅਦ ਤੁਹਾਨੂੰ ਪਤਾ ਵੀ ਖੁਸ਼ੀ ਦਾ ਸਮਾਂ ਪੀੜੀ ਖਾਣੀ ਵੀ ਸ਼ੁਰੂ ਹੋ ਜਾਂਦੀ ਹੈ। ਦਾਰੂ ਪਾਣੀ ਵੀ ਦਾਰੂ ਪਾਣੀ ਦੇ ਵਿੱਚ ਗਾਉਂਦੇ ਅਸੀਂ ਵੀ ਜਿਹੜੀ ਧਾਰਮਿਕ ਚੰਗਾ ਨਹੀਂ ਲੱਗਦੇ ਬੇਅਦਬੀ ਜੀ ਹੁੰਦੀ ਹੈ। ਫਿਰ ਆਪਾਂ ਜਿਹੜੇ ਬਾਬੇ ਦਾ ਰੌਲਾ ਕੇ ਦੋਤਨ ਸ਼ੁਰੂ ਹੋ ਜਾਂਦਾ ਸੀ ਕਿਤੇ ਭਾਈ ਮਹਾਰਾਜ। ਸੋ ਇੱਕ ਆਈਟਮ ਐਸੀ ਗਾਉਣੇ ਕਿ ਜਿਹੜੀ ਬਿਲਕੁਲ ਸਾਂਝੀ ਆਈਟਮ ਹੈ ਜਿਹਦਾ ਇੱਕ ਇੱਕ ਲਫ਼ਜ਼ ਬੜਾ ਸੁਲਝਿਆ ਹੋਇਆ ਔਰ ਬੜਾ ਕੀਮਤੀ ਹੈ। ਉਹ ਮੇਰੀ ਆਈਟਮ ਹੈ, ਬੜੀ ਪਿਆਰੀ ਹੈ। ਖੈਰ ਮੈਂ ਗਾਉਣ ਤਾਂ ਨਹੀਂ ਚਾਹੁੰਦਾ ਸੀ, ਫਿਰ ਵੀ ਮੈਂ ਗਾ ਰਿਹਾ, ਮਾਹੌਲ ਨੂੰ ਥੋੜ੍ਹਾ ਜਿਹਾ ਚੇਂਜ ਕਰੂੰਗਾ। ਉਹ ਗੀਤਾ ਇੱਕ ਵਾਰੀ ਕਹਿੰਦਾ ਮੈਨੂੰ ਮਾਂ ਫਿਰ ਪੁੱਤ ਜਾਂਦੀ ਵਾ। ਆਪਣੇ ਵੱਲੋਂ ਬੜੇ ਵਧੀਆ ਨਹੀਂ ਕੀਤੀ ਤੇ ਉਮੀਦ ਹੈ
ਤੁਸੀਂ ਵੀ ਪਸੰਦ ਕਰੇ ਹੋਗੇ ਆਖਰੀ ਗੱਲ ਵੱਲ ਮੇਰੀ ਬੇਨਤੀ ਹੈ ਧਿਆਨ ਰੱਖਣਾ ਚਾਹੀਦਾ।